ਮਾਰਨਿੰਗ ਸਲਾਈਡ ਪਿਆਰੇ ਬੱਚਿਓ, ਅੱਜ ਮਿਤੀ 7 ਅਗਸਤ 2024, ਦਿਨ ਬੁੱਧਵਾਰ, ਜਿਸ ਨੂੰ ਆਪਾਂ ਅੰਗਰੇਜ਼ੀ ਵਿੱਚ ਵੈਨਸਡੇ ਕਹਿੰਦੇ ਹਾਂ, WEDNESDAY, WEDNESDAY। ਆਓ ਕਰਦੇ ਹਾਂ ਅੱਜ ਦਾ ਵਿਚਾਰ। ਮਨ ਵਿੱਚ ਸਥਿਰਤਾ ਰੱਖੋ ਅਤੇ ਨਿਸ਼ਾਨੇ ਉੱਚੇ ਰੱਖੋ। ਪਿਆਰੇ ਬੱਚਿਓ, ਅੱਜ ਦੇ ਵਿਚਾਰ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਆਪਣੇ ਮਨ ਵਿੱਚ ਅਸੀਂ ਜੋ ਤਾਰ ਲੈਂਦੇ ਹਾਂ ਉਸ ਨੂੰ ਹਮੇਸ਼ਾ ਉਸੇ ਤਰ੍ਹਾਂ ਰੱਖੋ, ਭਾਵ ਕਿਸੇ ਦੇ ਕਹਿਣ 'ਤੇ ਜਾਂ ਆਲੇ ਦੁਆਲੇ ਦੀਆਂ ਪ੍ਰਸਥਿਤੀਆਂ ਮੁਤਾਬਕ ਆਪਣੇ ਲਏ ਗਏ ਫੈਸਲੇ, ਆਪਣੇ ਜੀਵਨ ਦੇ ਮਿੱਥੇ ਗਏ ਨਿਸ਼ਾਨਿਆਂ ਨੂੰ ਨਾ ਬਦਲੋ। ਬੱਚਿਓ, ਜੇਕਰ ਤੁਹਾਨੂੰ ਆਪਣੇ ਮਿੱਥੇ ਹੋਏ ਨਿਸ਼ਾਨੇ ਕਲੀਅਰ ਹਨ ਤਾਂ ਹੀ ਤੁਸੀਂ ਉਸ ਨੂੰ ਪ੍ਰਾਪਤ ਕਰਨ ਦੇ ਲਈ ਐਕਸ਼ਨ ਲੈ ਸਕਦੇ ਹੋ। ਬੱਚਿਓ, ਜਿੰਨੀ ਦੇਰ ਤੱਕ ਸਾਨੂੰ ਕਨਫਿਊਜ਼ਨ ਹੋਵੇਗੀ ਉਨੀ ਦੇਰ ਤੱਕ ਅਸੀਂ ਆਪਣੇ ਸੁਪਨੇ, ਆਪਣੇ ਨਿਸ਼ਾਨਿਆਂ ਨੂੰ ਪ੍ਰਾਪਤ ਨਹੀਂ ਕਰ ਸਕਦੇ। ਬੱਚਿਓ, ਆਪਣੇ ਮਨ ਦੀ ਸਥਿਰਤਾ, ਆਪਣੇ ਮਨ ਦੀ ਸ਼ਾਂਤੀ ਨੂੰ ਕਾਇਮ ਰੱਖਣ ਦੇ ਲਈ ਕਿਸੇ ਦੁਆਰਾ ਕਹਿ ਗਏ ਬੋਲਾਂ ਜਾਂ ਆਲੇ ਦੁਆਲੇ ਦੀਆਂ ਸਥਿਤੀਆਂ ਪ੍ਰਸਥਿਤੀਆਂ ਮੁਤਾਬਕ ਆਪਣੇ ਮਨ ਦੀ ਸ਼ਾਂਤੀ ਨੂੰ ਭੰਗ ਨਾ ਹੋਣ ਦਿਓ, ਖਰਾਬ ਨਾ ਹੋਣ ਦਿਓ। ਬੱਚਿਓ, ਜੇਕਰ ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈ ਤਾਂ ਜ਼ਿੰਦਗੀ ਵਿੱਚ ਕੋਈ ਵੀ ਅਜਿਹੀ ਮੰਜ਼ਿਲ, ਸੁਪਨਾ ਜਾਂ ਨਿਸ਼ਾਨਾ ਨਹੀਂ ਹੈ ਜਿਸ ਨੂੰ ਤੁਸੀਂ ਪ੍ਰਾਪਤ ਨਹੀਂ ਕਰ ਸਕਦੇ। ਬੱਚਿਓ, ਆਪਣੇ ਜੀਵਨ ਦੇ ਜੋ ਵੀ ਟੀਚੇ, ਜੋ ਵੀ ਨਿਸ਼ਾਨੇ ਹਨ ਉਹਨਾਂ ਨੂੰ ਹਮੇਸ਼ਾ ਉੱਚੇ ਅਤੇ ਕਲੀਅਰ ਰੱਖੋ, ਭਾਵ ਜੋ ਵੀ ਤੁਸੀਂ ਜ਼ਿੰਦਗੀ ਵਿੱਚ ਕਰਨਾ ਹੈ, ਜੋ ਵੀ ਤੁਸੀਂ ਬਣਨਾ ਹੈ ਉਹ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਹੈ। ਉਸ ਦੇ ਪ੍ਰਤੀ ਤੁਹਾਡੀ ਲਗਨ, ਤੁਹਾਡੀ ਮਿਹਨਤ ਪੂਰੀ ਹੋਣੀ ਚਾਹੀਦੀ ਹੈ। ਬੱਚਿਓ, ਜੇਕਰ ਤੁਸੀਂ ਆਪਣੇ ਮਨ ਨੂੰ ਸ਼ਾਂਤ, ਸਥਿਰ ਰੱਖੋਗੇ ਅਤੇ ਲਗਨ ਨਾਲ ਕੰਮ ਕਰੋਗੇ ਤਾਂ ਜ਼ਿੰਦਗੀ ਵਿੱਚ ਹਮੇਸ਼ਾ ਅੱਗੇ ਹੀ ਵੱਧਦੇ ਜਾਓਗੇ ਅਤੇ ਜੋ ਤੁਸੀਂ ਸੋਚਿਆ ਹੈ, ਜੋ ਨਿਸ਼ਾਨੇ ਤੁਸੀਂ ਜ਼ਿੰਦਗੀ ਦੇ ਰੱਖੇ ਹਨ ਉਸ ਨੂੰ ਜ਼ਰੂਰ ਹੀ ਪ੍ਰਾਪਤ ਕਰੋਗੇ। ਆਓ ਕਰਦੇ ਹਾਂ ਗਿਆਨ ਵਿਗਿਆਨ। ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਕੌਣ ਹਨ? ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਗੁਰਪ੍ਰੀਤ ਸਿੰਘ ਸੰਧੂ ਜੀ ਹਨ। ਭਾਰਤ ਵਿੱਚ ਗਣਤੰਤਰ ਦਿਵਸ ਕਦੋਂ ਮਨਾਇਆ ਜਾਂਦਾ ਹੈ? ਬੱਚਿਓ, ਭਾਰਤ ਵਿੱਚ ਗਣਤੰਤਰ ਦਿਵਸ 26 ਜਨਵਰੀ ਨੂੰ ਮਨਾਇਆ ਜਾਂਦਾ ਹੈ। ਹਵਾਈ ਜਹਾਜ਼ ਦੀ ਖੋਜ ਕਿਸ ਨੇ ਕੀਤੀ? ਬੱਚਿਓ, ਹਵਾਈ ਜਹਾਜ਼ ਦੀ ਖੋਜ ਰਾਈਟ ਭਰਾਵਾਂ ਨੇ ਕੀਤੀ ਸੀ। ਜਗਰਾਉਂ ਦਾ ਕਿਹੜਾ ਮੇਲਾ ਮਸ਼ਹੂਰ ਹੈ? ਬੱਚਿਓ, ਜਗਰਾਉਂ ਦਾ ਰੌਸ਼ਨੀਆਂ ਦਾ ਮੇਲਾ ਬਹੁਤ ਹੀ ਮਸ਼ਹੂਰ ਹੈ। ਇੱਕ ਘਣ ਦੇ ਕਿੰਨੇ ਤਲ ਹੁੰਦੇ ਹਨ? ਬੱਚਿਓ, ਇੱਕ ਘਣ ਦੇ 6 ਤਲ ਹੁੰਦੇ ਹਨ। ਆਓ ਬੁਝੀਏ ਜਾਂ ਅੱਜ ਦੀ ਬੁਝਾਰਤ। ਚਿੱਟੇ ਰੰਗ ਦਾ ਫੁੱਲ ਲਿਆਓ, ਕੱਟੋ ਅਤੇ ਫਿਰ ਸਬਜ਼ੀ ਬਣਾਓ। ਪਿਆਰੇ ਬੱਚਿਓ, ਜੋ ਅੱਜ ਦੀ ਬੁਝਾਰਤ ਹੈ ਉਸ ਦਾ ਉੱਤਰ ਹੈ ਫੁੱਲ ਗੋਭੀ। ਆਓ ਕਰਦੇ ਹਾਂ ਵਰਡਸ ਫਾਰ ਪ੍ਰੈਕਟਿਸ। ਫਸਟ ਵਰਡ ਇਜ਼ ਬੀਪ, BEEP, ਬੀਪ। ਬੀਪ ਮੀਨ ਬੱਚਿਓ ਤਿੱਖੀ ਅਤੇ ਤੇਜ਼ ਆਵਾਜ਼। ਡੀਪ, DEEP, ਡੀਪ। ਡੀਪ ਮੀਨ ਡੂੰਗਾ। ਸਵੀਟ, SWEET, ਸਵੀਟ। ਸਵੀਟ ਮੀਨ ਮਿੱਠਾ ਜਾਂ ਮਠਿਆਈ। ਸ਼ੀਟ, SHEET, ਸ਼ੀਟ। ਸ਼ੀਟ ਮੀਨ ਚਾਦਰ ਜਾਂ ਪੇਪਰ ਦਾ ਟੁਕੜਾ। ਸਟਰੀਟ, STREET, ਸਟਰੀਟ। ਸਟਰੀਟ ਮੀਨ ਗਲੀ।
ਪਿਆਰੇ ਬੱਚਿਓ, ਇਹ ਸੀ ਸਾਡੀ ਅੱਜ ਦੀ ਮੋਰਨਿੰਗ ਸਲਾਈਡ। ਆਸ ਕਰਦਾ ਹਾਂ ਕਿ ਜੋ ਵੀ ਅੱਜ ਤੁਸੀਂ ਸੁਣਿਆ ਹੈ ਉਸ ਨੂੰ ਰਿਵਾਈਜ਼ ਕਰੋਗੇ ਅਤੇ ਆਪਣੇ ਗਿਆਨ ਦੇ ਵਿੱਚ ਵਾਧਾ ਕਰਦੇ ਰਹੋਗੇ। ਥੈਂਕ ਯੂ ਬੇਟਾ ਜੀ।